ਵਿਲਕਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਸ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ ਦੇ ਲੇਹ ਲਦਾਖ ਵਿਖੇ ਫੀਡ ਸਪਲਾਈ ਕਰਨ ਵਾਲੇ ਖੰਨਾ ਦੇ ਕੈਟਲ ਫੀਡ ਪਲਾਂਟਾਂ ਭੱਟੀਆਂ ਦਾ ਦੌਰਾ ਕੀਤਾ ਗਿਆ। ਪਲਾਂਟ ਦੇ ਜਨਰਲ ਮੈਨੇਜਰ ਦਲਜੀਤ ਸਿੰਘ ਅਤੇ ਕੁਆਲਿਟੀ ਮੈਨੇਜਰ ਡਾਕਟਰ ਕਰਨਵੀਰ ਸਿੰਘ ਨੇ ਡਾਇਰੈਕਟਰਸ ਦਾ ਸਵਾਗਤ ਕੀਤਾ। ਜਨਰਲ ਮੈਨੇਜਰ ਦਲਜੀਤ ਸਿੰਘ ਨੇ ਪਿਛਲੇ ਸਾਲ ਦੀ ਕਾਰਗੁਜ਼ਾਰੀ ਅਤੇ ਭਵਿੱਖ 'ਚ ਚਲਾਏ ਜਾਣ ਵਾਲੇ ਨਵੇਂ ਪ੍ਰੋਜੈਕਟਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਇਸ ਪਲਾਂਟ 'ਚ ਸਿਰਫ 3 ਪ੍ਰਕਾਰ ਦੀ ਫੀਡ ਬਣਾਈ ਜਾਂਦੀ ਸੀ, ਪਰੰਤੂ ਹੁਣ ਇਸ ਪਲਾਂਟ 'ਚ 13 ਪ੍ਰਕਾਰ ਦੀ ਫੀਡ ਪਸ਼ੂਆਂ ਲਈ ਬਣਾਈ ਜਾਂਦੀ ਹੈ, ਜੋ ਕਿ ਨਾ ਕੇਵਲ ਪੰਜਾਬ 'ਚ ਸਪਲਾਈ ਹੁੰਦੀ ਹੈ ਬਲਕਿ ਨਾਲ ਲੱਗਦੇ ਸੂਬੇ ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਤੇ ਲੇਹ ਲਦਾਖ ਵੀ ਸਪਲਾਈ ਕੀਤੀ ਜਾਂਦੀ ਹੈ। ਇਸ ਨਾਲ ਦੁੱਧ ਉਤਪਾਦਕਾਂ ਨੂੰ ਵੀ ਭਾਰੀ ਲਾਭ ਮਿਲ ਰਿਹਾ ਹੈ। ਕੁੱਲ 13 ਤਰ੍ਹਾਂ ਦੀ ਫੀਡ ਤਿਆਰ ਕਰਦੇ ਹਾਂ, ਕਿਉਂਕਿ ਹਰ ਇੱਕ ਜਾਨਵਰ ਨੂੰ ਬੱਚੇ ਤੋਂ ਲੈ ਕੇ ਗੱਭਣ ਹੋਣ ਤੱਕ ਹਰ ਇੱਕ ਸਟੇਜ ਦੇ ਉੱਪਰ ਵੱਖਰੀ ਵੱਖਰੀ ਫੀਡ ਦੀ ਲੋੜ ਹੈ। ਪਹਿਲਾਂ ਇੱਥੇ 3 ਤਰ੍ਹਾਂ ਦੀ ਫੀਡ ਤਿਆਰ ਹੁੰਦੀ ਸੀ ਅਤੇ ਮੌਜੂਦਾ ਸਮੇਂ ਵਿੱਚ ਅਸੀਂ ਇਹਨੂੰ 13 ਤਰ੍ਹਾਂ ਦੀ ਫੀਡ ਤਿਆਰ ਕਰਦੇ ਹਾਂ। ਅੱਜ ਸਾਰੇ ਡਾਕਟਰ ਸਾਹਿਬ ਟੋਟਲ ਪੰਜਾਬ ਦੇ ਵਿੱਚੋਂ ਆਏ ਨੇ ਅਤੇ ਇਹਨਾਂ ਨੇ ਦੇਖਿਆ ਪਲਾਂਟ ਨੂੰ ਵਿਜ਼ਿਟ ਕੀਤਾ ਅਤੇ ਬਹੁਤ ਹੀ ਸ਼ਲਾਘਾ ਕਰੀ ਹੈ, ਬਹੁਤ ਸੋਹਣੀ ਫੀਡ ਬਣ ਰਹੀ ਹੈ। ਅਤੇ ਮੈਂ ਵੀ ਇਹੀ ਅਪੀਲ ਕਰਦਾ ਸਾਡੇ ਕਿਸਾਨ ਵੀਰਾਂ ਨੂੰ ਕਿ ਵੀ ਸਾਡੇ ਨਾਲ ਜੁੜੋ, ਸਾਡੇ ਨਾਲ ਕਿਸੇ ਵੀ ਟਾਈਮ ਆ ਕੇ ਸਾਡਾ ਪਲਾਂਟ ਵਿਜ਼ਿਟ ਕਰ ਸਕਦੇ ਹੋ। ਅਤੇ ਮੈਂ ਇਹ ਦੁਬਾਰਾ ਫਿਰ ਇਹੀ ਅਪੀਲ ਕਰਦਾ ਵੀ ਸਾਡੇ ਨਾਲ ਵੱਧ ਤੋਂ ਵੱਧ ਜੁੜੋ। ਅਸੀਂ ਇੱਕ ਨਾ ਕਿਸਾਨ ਮੇਲਾ ਤਾਂ ਨਹੀਂ ਲਗਾ ਸਕਦੇ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਹੈ। ਅਸੀਂ ਇੱਕ ਨਾ ਬੱਚਿਆਂ ਦਾ ਸਾਡੇ ਕਾਫ ਸਟਾਰਟਰ ਪ੍ਰੋਡਕਟ ਆਉਂਦਾ, ਉਹਦੇ ਲਈ ਅਸੀਂ ਆਪਣੀ ਬੱਚੀਆਂ ਨੂੰ ਜਿਹਦੇ ਨਾਲ ਤਿਆਰ ਹੋਈਆਂ ਉਹਦੇ ਕੰਪੀਟੀਸ਼ਨ ਕਰਾਉਣ ਦੀ ਸੋਚ ਰਹੇ ਹਾਂ ਵੀ ਉਹ ਜਲਦੀ ਤੋਂ ਜਲਦੀ ਕਰਾਇਆ ਜਾਵੇ। ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਮਿਲਕਫੈੱਡ ਦੇ ਡਾਇਰੈਕਟਰ ਸਾਹਿਬਾਨ ਨੇ, ਪੂਰੀ ਟੀਮ ਪੰਜਾਬ ਦੇ ਡਾਇਰੈਕਟਰ ਸਾਹਿਬਾਨ ਨੇ ਨਾਲ ਚੇਅਰਮੈਨ ਸਾਹਿਬਾਨ ਅੱਜ ਪੰਜਾਬ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕੀਤਾ ਹੈ, ਕਿਉਂਕਿ ਬਹੁਤ ਸਾਰੀਆਂ ਮੁਸ਼ਕਿਲਾਂ ਦੁੱਧ ਉਤਪਾਦਕ ਨੂੰ ਆ ਰਹੀਆਂ ਨੇ। ਉਹ ਮੁਸ਼ਕਿਲਾਂ ਨੂੰ ਸੁਣਨ ਲਈ ਪੰਜਾਬ ਦੀ ਜਿਹੜੀ ਡਾਕਟਰ ਸਾਹਿਬਾਨ ਦੀ ਟੀਮ ਹੈ, ਅੱਜ ਤੋਂ 10 ਦਿਨ ਪਹਿਲਾਂ ਇੱਕ ਫਿਰੋਜ਼ਪੁਰ ਮੀਟਿੰਗ ਕੀਤੀ ਗਈ ਸੀ, ਉਸ ਤੋਂ ਬਾਅਦ ਅੱਜ ਸਵੇਰੇ ਪਟਿਆਲੇ ਸੀ, ਪਟਿਆਲੇ ਤੋਂ ਬਾਅਦ ਬੱਸੀ ਪਠਾਣਾ ਪਲਾਂਟ, ਹੁਣ ਇੱਥੇ ਪਹੁੰਚੇ ਹਾਂ। ਅਸੀਂ ਸਾਰੇ ਇੱਕ ਏਮ ਲੈ ਕੇ ਚੱਲੇ ਹਾਂ ਕਿ ਪੰਜਾਬ ਦੇ ਵਿੱਚ ਜਿੰਨੀ ਵੀ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਹੈ, ਮਿਲਾਵਟਖੋਰੀ ਨੂੰ ਕਿਸ ਤਰੀਕੇ ਬੰਦ ਕਰਾਉਣਾ ਔਰ ਉਹ ਕਿਸ ਤਰੀਕੇ ਨਾਲ ਉਸ ਮੁਹਿੰਮ ਨੂੰ ਅੱਗੇ ਲੈ ਕੇ ਜਾਣਾ ਹੈ। ਔਰ ਉਹ ਸਾਰੇ ਪੰਜਾਬ ਦੇ ਦੁੱਧ ਉਤਪਾਦਕਾਂ ਦੀ ਆਵਾਜ਼ ਹੀ ਇਹ ਹੈ, ਜਿੰਨੀ ਵੀ ਦੁੱਧ ਦੇ ਵਿੱਚ ਹੋਰ ਦੁੱਧ ਤੋਂ ਬਣੇ ਪਦਾਰਥਾਂ ਦੇ ਵਿੱਚ ਮਿਲਾਵਟ ਹੈ, ਮਿਲਾਵਟਖੋਰੀ ਨੂੰ ਬੰਦ ਕਰਨ ਲਈ। ਹੁਣ ਅੱਜ ਇੱਥੇ ਵਿਜ਼ਿਟ ਕੀਤਾ ਪਲਾਂਟ ਦੇ ਵਿੱਚ, ਬਹੁਤ ਸਾਰੀਆਂ ਚੀਜ਼ਾਂ ਨਵੀਆਂ ਪਤਾ ਲੱਗੀਆਂ ਨੇ, ਜਿਨ੍ਹਾਂ ਦੇ ਵਿੱਚੋਂ ਚਾਹੇ ਉਹ ਫੀਡ ਦੀ ਟੈਸਟਿੰਗ ਨੂੰ ਲੈ ਕੇ ਹੈ। ਅੱਜ ਡਾਕਟਰ ਸਾਹਿਬਾਨਾਂ ਨੇ ਉੱਥੇ ਮੀਟਿੰਗ ਦੇ ਵਿੱਚ ਇਹ ਵੀ ਗੱਲ ਕੀਤੀ ਕਿ ਦੁੱਧ ਦੀ ਮਿਲਾਵਟ ਦਾ ਤਾਂ ਇੱਕ ਵੱਡਾ ਖਤਰਾ ਹੈ ਹੀ, ਉਸ ਤੋਂ ਪਹਿਲਾਂ ਜਿਹੜਾ ਪਸ਼ੂ ਧਨ ਹੈ ਉਹਨੂੰ ਬਚਾਉਣ ਦੀ ਲੋੜ ਹੈ, ਔਰ ਪਸ਼ੂ ਧਨ ਦਾ ਜਿਹੜਾ ਫੀਡ ਹੈ ਜਿਹੜੀ ਉਹਦੇ ਵਿੱਚ ਮਿਲਾਵਟ ਵੱਡੇ ਲੈਵਲ 'ਤੇ ਹੋ ਰਹੀ ਹੈ। ਕਈ ਫੈਕਟਰੀਆਂ ਜਿਹੜੀਆਂ ਨਜਾਇਜ਼ ਪੰਜਾਬ ਦੇ ਵਿੱਚ ਲੱਗੀਆਂ ਨੇ ਉਹ ਸਾਰੇ ਪੈਮਾਨੇ 'ਤੇ ਪੂਰਾ ਨਹੀਂ ਉਤਰ ਰਹੀਆਂ, ਔਰ ਪਸ਼ੂਆਂ ਦੇ ਜਿਹੜੇ ਫੀਡ ਹੈ ਖਾਣੇ ਦੇ ਵਿੱਚ ਹੀ ਮਿਲਾਵਟ ਹੋ ਰਹੀ ਹੈ, ਜਿਹਦੇ ਕਰ ਬਹੁਤ ਸਾਰੇ ਨਵੇਂ ਪਸ਼ੂ ਜਾਂ ਦੁੱਧਰ ਪਸ਼ੂ ਨਵੇਂ ਦੁੱਧ ਨਹੀਂ ਹੁੰਦੇ, ਉਹਨਾਂ ਨੂੰ ਫੰਡਰ ਹੋ ਜਾਂਦੇ ਨੇ, ਉਹ ਦੁੱਧ ਦੇਣ ਦੇ ਕਾਬਲ ਨਹੀਂ ਰਹਿੰਦੇ। ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੀ ਇੰਡਸਟਰੀ ਹੀ ਗਲਤ ਹੈ, ਵਿੱਚ ਬਹੁਤ ਸਾਰੇ ਲੋਕ ਮਿਲਾਵਟੀ ਧੰਦਾ ਕਰ ਰਹੇ ਆ। ਉਸ ਧੰਦੇ ਨੂੰ ਰੋਕਣ ਲਈ ਵੀ ਅੱਜ ਪੂਰੀ ਟੀਮ ਸਾਰੇ ਪਲਾਂਟਾਂ ਦੇ ਵਿੱਚ ਉਹ ਚੈੱਕ ਕਰ ਰਹੀ ਹੈ। ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਂ ਚੇਅਰਮੈਨ ਮਿਲਕ ਪਲਾਂਟ ਵੇਰਕਾ, ਜਿਹੜਾ ਵੇਰਕੇ ਦਾ ਮਦਰ ਪਲਾਂਟ ਆ, ਉਹਦਾ ਚੇਅਰਮੈਨ ਹਾਂ ਅਤੇ ਨਾਲ ਮੈਂ ਪੰਜਾਬ ਦੇ ਵਿੱਚ ਮਿਲਕਫੈੱਡ ਦਾ ਡਾਇਰੈਕਟਰ ਹਾਂ। ਅੱਜ ਜਿਹੜੀ ਜੋ ਸਾਨੂੰ ਟੀ ਪੀ ਸਾਹਿਬ ਨੇ ਦੱਸਿਆ ਜਿਸ ਦੇ ਬਾਬਤ,
ਇਹੀ ਸਾਡਾ ਏਮ ਹੈ ਕਿ ਮੇਨ ਜਿਹੜਾ ਸਾਡਾ ਇਹ ਸਹਿਕਾਰਤਾ, ਸਾਡਾ ਜਿਹੜਾ ਵਿਭਾਗ ਆ, ਇਹ ਸਹਿਕਾਰਤਾ ਜਿਹੜੀ ਆ ਕਿਸਾਨ ਦੀ ਇੱਕ ਰੀੜ੍ਹ ਦੀ ਹੱਡੀ ਹੈ। ਔਰ ਕਿਸਾਨ ਜਿਹੜਾ ਆ ਉਹ ਬਚ ਵੀ ਤਾਂ ਹੀ ਸਕਦਾ ਆ ਕਿ ਜਿੰਨਾ ਵੱਧ ਤੋਂ ਵੱਧ ਉਹ ਸਹਿਕਾਰਤਾ ਨੂੰ ਅਪਣਾਏਗਾ। ਔਰ ਇਸਦਾ ਕਰਕੇ ਜਿਹੜੀ ਆ ਇਹ ਸਾਡਾ ਜਿਹੜਾ ਅਦਾਰਾ ਆ ਵੀਰਕਾ, ਇਹ ਸਹਿਕਾਰਤਾ ਦੇ ਵਾਸਤੇ ਇੱਕ ਬਹੁਤ ਵੱਡਾ ਮੀਲ ਪੱਥਰ ਆ ਪੰਜਾਬ 'ਚ। ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਅਸੀਂ ਇਹ ਸਾਰਾ ਜਿਹੜਾ ਵਿਜ਼ਿਟ ਕੀਤਾ। ਔਰ ਇਹਦੇ ਤੋਂ ਅਸੀਂ ਖਾਸ ਕਰਕੇ ਇੱਥੇ ਜਿਹੜਾ ਖੰਨੇ ਆਏ ਹਾਂ ਮਿਲਕ ਇਹਨਾਂ ਦੀ ਇਹ ਫੀਡ ਫੈਕਟਰੀ ਦੇ ਵਿੱਚ, ਇਹ ਅਸੀਂ ਇਹ ਵੇਖਣ ਲਈ ਪਹਿਲਾਂ ਇਹ ਨੌਲੇਜ ਲਈ ਆ ਕਿ ਇਹ ਜਿਹੜੀ ਫੀਡ ਆ ਕਿਸ ਤਰੀਕੇ ਨਾਲ ਬਣਦੀ ਆ। ਔਰ ਜੋ ਅਸੀਂ ਵੇਖਿਆ ਉਹਦੇ ਮੁਤਾਬਕ ਕਿ ਬਹੁਤ ਹੀ ਜਿਹੜਾ ਆ ਹਾਈਟੈਕ ਤਰੀਕੇ ਨਾਲ ਜਿਹੜੀ ਫੀਡ ਉਹ ਬਣ ਰਹੀ ਆ। ਔਰ ਅਸੀਂ ਜਾ ਕੇ ਕਿਸਾਨਾਂ ਨੂੰ ਇੱਥੇ ਲੈ ਕੇ ਵੀ ਆਵਾਂਗੇ, ਉਹਨਾਂ ਦਾ ਵਿਜ਼ਿਟ ਵੀ ਕਰਵਾਵਾਂਗੇ, ਆਪਣੇ ਬਾਕੀ ਡਾਇਰੈਕਟਰਸ ਅਤੇ ਹੋਰ ਜਿਹੜੇ ਸਾਡੇ ਇਸ ਧੰਦੇ ਨਾਲ ਜੁੜੇ ਪ੍ਰੋਗਰੈਸਿਵ ਫਾਰਮਰਸ ਅਤੇ ਹੋਰ ਸਾਰੇ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਉੱਥੇ ਲਿਆ ਕੇ ਉਹਨਾਂ ਦੀ ਨੌਲੇਜ ਦੇ ਵਿੱਚ ਵਾਧਾ ਕਰਾਂਗੇ ਕਿ ਇਹ ਜਿਹੜਾ ਆ ਇਹ ਪਲਾਂਟ ਜਿਹੜਾ ਆ ਕਿਸ ਤਰੀਕੇ ਨਾਲ ਫੀਡ ਬਣਾ ਰਿਹਾ ਔਰ ਕਿਸ ਕੁਆਲਿਟੀ ਦੀ ਇੱਥੇ ਫੀਡ ਬਣ ਰਹੀ ਹੈ। ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਰਿਊਮਰਸ ਪਾਏ ਜਾਂਦੇ ਆ ਔਰ ਉਹ ਰਿਊਮਰਸ ਨੂੰ ਕਿਸਾਨਾਂ ਦੇ ਦਿਮਾਗ 'ਚੋਂ ਕੱਢਣ ਲਈ ਔਰ ਉਹਨਾਂ ਨੂੰ ਅਸਲੀ ਚੀਜ਼ ਵਿਖਾਉਣ ਲਈ ਅਸੀਂ ਇੱਥੇ ਉਹਨਾਂ ਨੂੰ ਲੈ ਕੇ ਆਵਾਂਗੇ ਔਰ ਉਹਨਾਂ ਦੀ ਜਿਹੜੀ ਆ ਉਹ ਨੌਲੇਜ ਦੇ ਵਿੱਚ ਵਾਧਾ ਹੋਏਗਾ ਤਾਂ ਕਿ ਉਹ ਵੱਧ ਤੋਂ ਵੱਧ ਇਹ ਜਿਹੜਾ ਵੇਰਕਾ ਸਾਡਾ ਪ੍ਰੋਡਕਟ ਆ ਇਹਨੂੰ ਜਿਹੜਾ ਵੱਧ ਤੋਂ ਵੱਧ ਅਪਣਾਉਣ। ਸਾਡੇ ਸਾਰੇ ਟਰੈਕਟਰਾਂ ਦਾ ਇੱਕੋ ਹੀ ਮੇਨ ਮਕਸਦ ਆ ਵੀ ਪਲਾਂਟ ਨੂੰ ਅੱਗੇ ਲੈ ਕੇ ਜਾਣਾ। ਜੋ ਸਾਡਾ ਫਾਰਮਰ ਆ, ਫਾਰਮਰ ਬਹੁਤ ਘੱਟ ਜਾ ਰਿਹਾ, ਪਿੰਡਾਂ ਵਿੱਚ ਅਸਲੀਅਤ ਦਾ ਪਤਾ ਨਹੀਂ ਸਾਡੇ ਕਿਸਾਨਾਂ ਨੂੰ। ਜਿਹੜੇ ਅੱਜ ਅਸੀਂ ਆ ਮਿਲ ਫੀਡ ਮਿਲ 'ਚ ਆਏ ਹਾਂ, ਸਾਨੂੰ ਅੱਜ ਆ ਕੇ ਇੱਥੇ ਆਪ ਨੂੰ ਅੱਜ ਆ ਕੇ ਪਤਾ ਲੱਗਿਆ ਵੀ ਇੱਥੇ ਕਿਹੜੇ ਕਿਹੜੇ ਤਰ੍ਹਾਂ ਦੀ ਫੀਡ ਬਣ ਰਹੀ ਆ। ਜਿਹੜੇ ਹੁਣ ਸੜਕਾਂ 'ਤੇ ਪਸ਼ੂ ਰੁਲਦੇ ਨੇ ਉਹ ਜਿਹੜੇ ਪ੍ਰਾਈਵੇਟ ਆਪਣੇ ਮਿੱਲਾਂ ਵਾਲੇ ਜਿਹੜੇ ਫੀਡਾਂ ਬਣਾਉਂਦੇ ਨੇ ਉਹਨਾਂ ਦਾ ਕਾਰਨ ਇਹ ਲੋਕਾਂ 'ਚ ਦੱਸਣ ਦੀ ਲੋੜ ਆ। ਲੋਕਾਂ ਨੂੰ ਐਡਵਰਟਾਈਜਮੈਂਟ ਘੱਟ ਆ ਸਾਡੀ, ਇਸੇ ਕਰਕੇ ਨੁਕਸਾਨ ਉਠਾ ਰਹੇ ਹਾਂ। ਉਹ ਜਿਹੜੇ ਫੀਡ ਮੇਲਾ ਬਣਾਉਂਦੇ 100 ਰੁਪਇਆ ਸਸਤੀ ਤਾਂ ਦੇ ਦਿੰਦੇ ਨੇ, ਉਹਨਾਂ ਦੇ ਵਿੱਚ ਪੂਰਾ ਮਟੀਰੀਅਲ ਨਹੀਂ ਹੁੰਦਾ। ਜਿਹੜਾ ਜਿਹੜਾ ਹੈਗਾ ਆਪਣਾ ਇਹ ਆ ਪਾਉਂਦੇ ਨੇ ਵਿੱਚ ਮਿਲਨ ਮਿਕਸਚਰ, ਇਹ 1500 ਰੁਪਏ ਦਾ ਤਾਂ ਮੇਰੇ ਹਿਸਾਬ ਨਾਲ 5 ਕਿਲੋ ਦਾ ਥੈਲਾ ਹੋਊਗਾ। ਉਹ ਪ੍ਰਾਈਵੇਟ ਵਾਲੇ ਪਾਉਂਦੇ ਹੀ ਨਹੀਂ, ਉਦੋਂ ਜ਼ਿਆਦਾ ਰੇਟ ਲਾ ਦਿੰਦੇ ਨੇ ਜੀ ਸਾਡਾ ਫਲਾਨਾ ਕੁਝ ਪਾਇਆ ਫਲਾਨਾ ਕੁਝ ਪਾਇਆ। ਇਸ ਲਈ ਮਾਰ ਪੈਂਦੀ ਹੈ। ਜਿੰਨੀ ਅਸੀਂ ਨਾ ਲੋਕਾਂ ਨੂੰ ਲਿਆ ਕੇ ਇੱਥੇ ਦਿਖਾਵਾਂਗੇ ਆਪਣਾ ਪਲਾਂਟਾਂ ਦਾ ਕਾਰੋਬਾਰ, ਫਿਰ ਇਹਦੇ ਨਾਲ ਫਾਰਮਰ ਨੂੰ ਉਤਸ਼ਾਹ 'ਚ ਆਊਗਾ, ਉਹਦੇ ਨਾਲ ਜੱਟ ਜਿਹੜਾ ਕਿਸਾਨ ਆ ਇਹ ਇੱਕ ਸਾਈਡ ਧੰਦਾ ਦੱਸਿਆ ਗਿਆ ਡੈਰੀ ਦਾ, ਜਿਹੜਾ ਧੰਦਾ ਵੀ ਖੇਤੀ ਦਾ ਸਾਡਾ ਸਾਈਡ ਬਿਜ਼ਨਸ ਆ। ਸਾਈਡ ਬਿਜ਼ਨਸ ਸਾਡਾ ਤਾਂ ਹੀ ਕਾਮਯਾਬ ਹੋਊ ਜੇ ਫਾਰਮਰ ਨੂੰ ਅਸਲੀਅਤ ਦਾ ਪਤਾ ਹੋਊ। ਇਹੀ ਅਸੀਂ ਦੱਸਣਾ ਚਾਹੁੰਦੇ ਹਾਂ। ਅਸੀਂ ਆਪਣੇ ਵੱਲੋਂ ਸਾਰੇ ਡਾਇਰੈਕਟਰ ਸਾਹਿਬਾਨ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਮਿਲਾਵਟਖੋਰੀ ਆ ਉਹਨੂੰ ਅਸੀਂ ਦੂਰ ਕਰੀਏ, ਕਿੱਦਾਂ ਉਪਰਾਲੇ ਕਰੀਏ ਕਿ ਅਸੀਂ ਸਰਕਾਰ ਦਾ ਸਹਿਯੋਗ ਲਈਏ। ਅਸੀਂ ਹਰ ਇੱਕ ਇਨਸਾਨ ਦਾ ਸਹਿਯੋਗ ਲੈ ਕੇ ਇਸ ਚੀਜ਼ ਦੇ ਮਗਰ ਲੱਗੇ ਹਾਂ ਵੀ ਅਸੀਂ ਕਾਮਯਾਬ ਕਰ ਸਕੀਏ। ਖੰਨਾ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ।